ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹਨਾਂ ਦੇ ਵੱਲੋਂ ਵਾਤਾਵਰਨ ਨੂੰ ਬਚਾਉਣ ਦੇ ਲਈ ਕਈ ਯਤਨ ਕੀਤੇ ਜਾ ਰਹੇ ਨੇ। ਕੌਣ ਹਨ ਬ੍ਰਿਜ ਮੋਹਨ ਜੋਸ਼ੀ। 1970 ਦੇ ਵਿੱਚ ਬ੍ਰਿਜ ਮੋਹਨ ਜੋਸ਼ੀ ਦਾ ਜਨਮ ਹੋਇਆ। ਰੂਪਨਗਰ ਦੇ ਪਿੰਡ ਤਖਤਗੜ ਦੇ ਰਹਿਣ ਵਾਲੇ ਨੇ ਬ੍ਰਿਜ ਮੋਹਨ ਜੋਸ਼ੀ। ਬ੍ਰਿਜ ਮੋਹਨ ਜੋਸ਼ੀ 2018 ਤੋਂ ਹਰੀਆਵਲ ਪੰਜਾਬ ਸੰਸਥਾ ਦੇ ਪ੍ਰਧਾਨ ਨੇ। ਹਰ ਸਾਲ ਸਕੂਲੀ ਬੱਚਿਆਂ ਨਾਲ ਮਿਲ ਕੇ ਪਾਰਕਾਂ ਦੇ ਵਿੱਚ ਬੂਟੇ ਲਗਾਉਂਦੇ ਨੇ। ਇਸ ਵਾਰ ਕਰੀਬ 4.5 ਹਜ਼ਾਰ ਬੂਟੇ ਲਗਾਏ ਗਏ ਪੂਰੇ ਪੰਜਾਬ ਦੇ ਵਿੱਚ ਇਹ ਸੰਸਥਾ ਜ਼ਿਲ੍ਹਾ ਪੱਧਰੀ ਲੈਵਲ ਤੇ ਕੰਮ ਕਰਦੀ ਹੈ ਸਾਸਤਰੀ ਗਾਲ ਪ੍ਰਧਾਨ ਜੀ ਵਿੱਚ ਅਸੀਂ ਅੱਜ ਹਰਿਆਵਲ ਪੰਜਾਬ ਦੇ ਪ੍ਰਧਾਨ ਐਸ ਡੀਓ ਬ੍ਰਿਜ ਮੋਹਨ ਜੋਸ਼ੀ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਪੂਰੇ ਸ਼ਹਿਰ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਪੌਦੇ ਲਗਾਉਣ ਵਾਸਤੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾ ਤੱਕ ਨੂੰ ਪ੍ਰੇਰਿਤ ਕੀਤਾ ਹੈਗਾ ਔਰ ਪੌਦੇ ਲਗਾਉਣ ਦਾ ਜਿਹੜਾ ਇਹ ਅਭਿਆਨ ਹੈ ਇਹ ਗਲੀ ਮੁਹੱਲੇ ਤੱਕ ਪਹੁੰਚਾਇਆ ਹੈਗਾ ਤੇ ਹੁਣ ਤੱਕ ਇਹ तकरीबन तकरीबन 10000 ਦੇ ਆਸ-ਪਾਸ ਪੌਦੇ ਲਗਾ ਚੁੱਕੇ ਆ ਤੇ ਇਸ ਬਾਰੇ ਸਾਨੂੰ ਜਾਣਕਾਰੀ ਦੇਣ ਵਾਸਤੇ ਬ੍ਰਿਜਮਨ ਜੋਸ਼ੀ ਸਾਡੇ ਨਾਲ ਨੇ ਉਹ ਦੱਸਣਗੇ ਕਿ ਕਿੱਦਾਂ ਇਹਨਾਂ ਨੇ ਇਹ ਸਾਰੀ ਆਪਣੀ ਸੰਸਥਾ ਦੀ ਸ਼ੁਰੂਆਤ ਕੀਤੀ ਤੇ ਕਿੱਦਾਂ ਇਹ ਪੰਜਾਬ 'ਚ ਪੂਰੇ ਚ ਕੰਮ ਕਰ ਰਹੀ ਹੈ ਇਹ ਆਪਣੇ ਮੋਹਲ ਜ਼िले ਬਾਰੇ ਪੂਰੀ ਜਾਣਕਾਰੀ ਦੇਣਗੇ ਬ੍ਰਿਜਮਨ ਜੋਸ਼ੀ ਜੀ ਤੁਹਾਡਾ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਵਿੱਚ ਬਹੁਤ ਬਹੁਤ ਸਵਾਗਤ ਹੈ ਇਹ ਸੰਸਥਾ 2018 ਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਬੈਠੇ ਸੀਗੇ ਅਚਾਨਕ ਤਾਂ ਉਹਦੇ ਵਿੱਚ ਚਰਚਾ ਹੋਈ ਪੰਜਾਬ ਦਾ ਜਿਹੜਾ ਹਵਾ ਪਾਣੀ ਤੇ ਜਿਹੜੀ ਹੈ ਧਰਤੀ ਹੈ ਸਾਡੀ ਉਹ ਦੋਸ਼ਿਤ ਹੋ ਚੁੱਕੀ ਹੈ ਤੇ ਇਹਨੂੰ ਬਚਾਉਣ ਵਾਸਤੇ ਆਪਾਂ ਨੂੰ ਕੀ ਉਪਰਾਲਾ ਕਰਨਾ ਚਾਹੀਦਾ ਤੇ ਸਭ ਨੇ ਇਹੀ ਇੱਕ ਸਲਾਹ ਦਿੱਤੀ ਵੀ ਸਾਨੂੰ ਵਾਤਾਵਰਣ ਨੂੰ ਬਚਾਉਣ ਦੇ ਲਈ ਕੋਈ ਨਾ ਕੋਈ ਜਿਹੜਾ ਇਹ ਕੰਮ ਕਰਨਾ ਚਾਹੀਦਾ ਤੇ ਸਾਡੇ ਸਾਹਮਣੇ 550 ਵਰ੍ਹੇ ਗਾਂਠ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੀ 2019 ਦੇ ਵਿੱਚ ਮਨਾਈ ਜਾਣੀ ਸੀ ਤੇ ਅਸੀਂ ਉਸ ਨੂੰ ਵੀ ਸਾਹਮਣੇ ਰੱਖ ਕੇ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਇੱਕ ਵਾਕ ਹੈ ਸਤ ਅਰਤ ਪਈ ਹਰਿਆਵਲੇ ਜਿੱਥੇ ਮੇਰਾ ਸਤਗੁਰੂ ਬੈਠਾ ਹੈ ਤੇ ਅਸੀਂ 2018 ਤੋਂ ਲੈ ਕੇ ਹੁਣ ਤੱਕ ਹਰ ਸਾਲ ਤਕਰੀਬਨ 3000 3500 4500 ਦੇ ਕਰੀਬ ਹੈ ਜਿਹੜੇ ਅਸੀਂ ਦਰਖਤ ਲਗਾਉਂਦੇ ਹੋਏ ਇਸ ਸਾਲ ਵੀ ਅਸੀਂ 4381 ਬੂਟੇ ਆ ਜਿਹੜੇ ਚੌਥੀ ਸਥਾਨਾ ਤੇ ਲਗਾਏ ਆ ਤੇ ਇਸ ਦਾ ਸਾਡਾ ਜਿਹੜਾ ਮੁੱਖ ਆਦੇਸ਼ ਜਦੋਂ ਅਸੀਂ ਲੈ ਕੇ ਚੱਲੇ ਤਾਂ ਸਾਡਾ ਇੱਕ ਬੜਾ ਜਿਹਾ ਛੋਟਾ ਜਿਹਾ ਟੀਚਾ ਸੀ ਬਈ ਹਰ ਮਨੁੱਖ ਲਾਵੇ ਸੰਭਾਲੇ ਇੱਕ ਰੁੱਖ ਕਿਉਂਕਿ ਅਸੀਂ ਇਹ ਸੋਚਦੇ ਸੀ ਬਈ ਰੁੱਖ ਤਾਂ ਬਹੁਤ ਸੰਸਥਾਵਾਂ ਲਗਾ ਰਹੀਆਂ ਫੋਟੋ ਖਿਚਾਉਂਦੀਆਂ ਪਰ ਰੁੱਖਾਂ ਦੀ ਜਿਹੜੀ ਸੰਭਾਲ ਹੈ ਜਾ ਉਹਨਾਂ ਲੋਕਾਂ ਨਾਲ ਜੋੜਨ ਵਾਲੀ ਗੱਲ ਹੈ ਜਿਹੜੀ ਉਹ ਨਹੀਂ ਹੋ ਰਹੀ ਤੁਸੀਂ ਤਾਂ ਦੱਸ ਸਕਦੇ ਕਿ ਅਸੀਂ ਜਿਹੜੇ ਪੌਦੇ ਲਗਾਨੇ ਆ ਜਿਹੜੇ ਲਗਾਨੇ ਆ ਮੈਡੀਟੇਸ਼ਨ ਵਾਲੇ ਪੌਦੇ ਲਗਾਨੇ ਆ ਇਹਦੇ ਵਿੱਚ ਇਲਾਇਚੀ ਹੋ ਗਈ ਮਗਾ ਹੋ ਗਈਆਂ ਜਾਂ ਆਪਣੇ ਬਿੱਲ ਹੋ ਗਏ ਤੇ ਉਹ ਜਿਹੜੇ ਪੌਦੇ ਲਗਾਏ ਜਾਂਦੇ ਉਹਨਾਂ ਦਾ ਮਕਸਦ ਕੀ ਆ ਇਹ ਤੁਸੀਂ ਦੇਖ ਰਹੇ ਜਿੱਤੇ ਆਪਾਂ ਇਸ ਵੇਲੇ ਖੜੇ ਆ ਆ ਇੱਕ ਸਾਡੀ ਅਸੀਂ ਹੁਣੇ ਇਸੇ ਸਾਲ 2022 ਦੇ ਵਿੱਚ ਫਰਵਰੀ ਤੋਂ ਅਸੀਂ ਇੱਕ ਛੋਟਾ ਜਿਹਾ ਪਾਰਕ ਡਵੈਲਪ ਕੀਤਾ ਜਿਹਦੇ ਵਿੱਚ ਅਸੀਂ ਇੱਕ ਜਣੀ ਸ਼ਾਨਦਾਰ ਦਰਖਤ ਵੀ ਲਗਾਏ ਆ ਤੇ ਡੈਕੋਰੇਸ਼ਨ ਵਾਲੇ ਪਲਾਂਟ ਵੀ ਲਗਾਏ ਤੇ ਇੱਕ ਛੋਟੀ ਜਿਹੀ ਜਿਹੜੀ ਹੈ ਮੈਡੀਕੇਟਿਡ ਨਰਸਰੀ ਜਿਹੜੀ ਅਸੀਂ ਬਣਾਈ ਆ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੈ ਵੀ ਜੇ ਇਹ ਬੂਟੇ ਲੱਗੇ ਹੋਣਗੇ ਇਹਨਾਂ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਨਾਂ ਵੀ ਇਹਨਾਂ ਦੇ ਡਿਸਪਲੇ ਕਰਾਂਗੇ ਇਹਨਾਂ ਤੇ ਲਾਹ ਵਾਲਾ ਬੋਰਡ ਵੀ ਲਗਾਵਾਂਗੇ ਤਾਂ ਜੋ ਲੋਕ ਇਹਨਾਂ ਤੋਂ ਪਰਚਿਤ ਵੀ ਹੋਣ ਤੇ ਆਪਣੀ ਰਸੋਈ ਚ ਇਹਨਾਂ ਨੂੰ ਰੱਖਣ ਤੇ ਜਿਹੜੇ ਤੁਸੀਂ ਪੌਦਿਆਂ ਬਾਰੇ ਗੱਲ ਕੀਤੀ ਹੈ ਵੀ ਲੋਕੀ ਪੌਦੇ ਲਗਾ ਤੁਹਾਡੇ ਨਾਲ ਕਿੰਨੇ ਮਿਲ ਕੇ ਲੋਕ ਜੁੜੇ ਹੋਏ ਨੇ ਤੇ ਕਿਸ ਕਿਸ ਦੇ ਸਾਧੇ ਆਪਾਂ ਹੁਣ ਤੱਕ ਪੌਦੇ ਲਗਾ ਚੁੱਕੇ ਆਂ ਸਾਡੇ ਨਾਲ ਤਕਰੀਬਨ ਮਹਾਲੀ ਜ਼ਿਲ੍ਹੇ ਦੇ ਵਿੱਚ ਹਰ ਨਗਰ 'ਚ ਹਰ ਪਿੰਡ ਦੇ ਵਿੱਚ ਸਾਡੇ ਨਾਲ ਚਾਹੇ ਇੱਕ ਚਾਹੇ ਦੋ ਇਹ ਤਾਂ ਲੋਕ ਜੁੜੇ ਆ ਉਸ ਤੋਂ ਵੱਧ ਸੰਖਿਆ ਨਾਲ ਵੀ ਸਾਡੇ ਜਿਹੜੇ ਤਕਰੀਬਨ ਮੇਰੇ ਨਾਲ ਇਸ ਵੇਲੇ 500 ਤੋਂ ਉੱਪਰ ਲੋਕ ਆ ਜਿਹੜੇ ਜੁੜੇ ਹੋਏ ਉਹਦੇ ਵਿੱਚ ਸਾਡੇ ਕੋਲ ਸਮਾਜਿਕ ਸੰਸਥਾਵਾਂ ਵੀ ਜੁੜੀਆਂ ਹੋਈਆਂ ਮੰਦਰ ਵੀ ਜੁੜੇ ਹੋਏ ਆ ਗੁਰਦੁਆਰੇ ਵੀ ਜੁੜੇ ਹੋਏ ਪੋਲੀਟੀਕਲ ਪਾਰਟੀਆਂ ਦੇ ਲੋਕ ਵੀ ਜੁੜੇ ਹੋਏ ਆ ਤੇ ਇਥੇ ਤੱਕ ਕਿ ਸਾਡੇ ਨਾਲ ਸਕੂਲਾਂ ਦੇ ਬੱਚੇ ਫੈਕਟਰੀਆਂ ਦੇ ਵਿੱਚ ਮੇਰਾ ਆਣਾ ਜਾਣਾ ਅਕਸਰ ਹੁੰਦਾ ਤੇ ਉਥੇ ਜਿਹੜੀਆਂ ਸੰਸਥਾਵਾਂ ਪਰਿਆਵਰਣ ਦਾ ਕੰਮ ਕਰਦੀਆਂ ਉਹ ਵੀ ਸਾਡੇ ਨਾਲ ਜੁੜੀਆਂ ਤੇ ਉਸ ਤੋਂ ਜ਼ਿਆਦਾ ਇਹ ਹੈ ਵੀ ਸਾਡੇ ਨਾਲ ਜਿਹੜੀਆਂ ਔਰਤਾਂ ਹਨ ਜਿਨ੍ਹਾਂ ਨੂੰ ਇਹ ਗੱਲ ਸਮਝਾਣ ਦੀ ਲੋੜ ਹੈ ਉਹ ਵੀ ਸਾਡੇ ਨਾਲ ਜੁੜੀਆਂ ਹੋਈਆਂ ਕਿਉਂਕਿ ਘਰ ਤੋਂ ਹੀ ਆ ਜਿਹੜਾ ਵਾਤਾਵਰਣ ਦੀ ਸੰਭਾਲ ਦਾ ਜਿਹੜਾ ਕੰਮ ਸ਼ੁਰੂ ਹੁੰਦਾ ਤਾਂ ਅਸੀਂ ਇੱਕ ਸ਼ਹਿਰੀ ਏਰੀਏ ਦੇ ਵਿੱਚ ਰਹਿ ਰਹੇ ਹਾਂ ਤੇ ਸਾਨੂੰ ਇਹ ਲੱਗਦਾ ਬਈ ਅਸੀਂ ਜਿਹੜੇ ਪਿਛਲੇ 4 ਸਾਲਾਂ ਦੇ ਵਿੱਚ ਪੌਦੇ ਲਗਾਏ ਕਿਉਂਕਿ ਇੱਥੇ ਜਿਹੜੀਆਂ ਸਰਕਾਰਾਂ ਵੀ ਹੋਰ ਕਈ ਤਰ੍ਹਾਂ ਦੇ ਐਨਜੀਓ ਜਿਹੜੇ ਬੂਟੇ ਲਗਾਉਂਦੇ ਆ ਪਰ ਘਰਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਬਈ ਉਹ ਸਾਡਾ ਜਿਹੜਾ ਤੁਸੀਂ ਦੇਖਿਆ ਬਈ ਭਾਰਤ ਸਵੱਛ ਭਿਆਨ ਤੇ ਹੁਣ ਮੇਰਾ ਇਹ ਪੰਜਾਬ ਸਰਕਾਰ ਵੱਲੋਂ ਵੀ ਇੱਕ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਮੇਰਾ ਸ਼ਹਿਰ ਮੇਰਾ ਮਾਣ ਤੇ ਸਾਨੂੰ ਉਹਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਉਹਨਾਂ ਦੇ ਕੈਂਪ ਦੇ ਵਿੱਚ ਵੀ ਤੇ ਸਾਡੇ ਕੰਮ ਦੀ ਉੱਥੇ ਵੀ ਛਲਾਗਾ ਕੀਤੀ ਗਈ ਹੈ ਇਸਨ ਬ੍ਰਿਜਮਨ ਜੋਸ਼ੀ ਪ੍ਰਧਾਨ ਹਰੀਆਵਲ ਪੰਜਾਬ ਦੇ ਜਿਨ੍ਹਾਂ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਅਸੀਂ ਘਰ ਘਰ ਤੱਕ ਰਸੋਈ ਤੱਕ ਮਿਲਕੇ ਇਸ ਹਰੀਆਵਲ ਪੰਜਾਬ ਦੀ ਮਹੀਮ ਨੂੰ ਲੈ ਕੇ ਜਾ ਰਹੇ ਹਾਂ ਕੈਮਰਾਮੈਨ ਭਰਤਪੂਰਨ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਮੋਹਾਲੀ